ਬਾਈ ਜੀ ਟਾਇਰ ਖੁੱਲ ਗਿਆ ਕਹਿੰਦੇ ਸਾਰੇ ਇੱਕ ਤੋਂ ਇੱਕ ਵਧੀਆ ਤਿਆਰ ਕੀਤੇ ਹੋਏ ਸਾਰਿਆਂ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਆਪਾਂ ਚੱਲੇ ਹਾਂ ਜੀ ਮੋਡਲ ਟਰੈਕਟਰ ਟੋਜਨ ਦੇ ਵਿੱਚ ਸਮਰਾਲੇ। ਤੇ ਇਸ ਲਿਫਾਫੇ ਦੇ ਵਿੱਚ ਆਪਾਂ ਨੇ ਮੋਡਲ ਟਰੈਕਟਰ ਹੈ ਜਿਹੜੇ ਆਪਣੇ ਉਹ ਪੈਕ ਕਰ ਲਏ ਨੇ। ਤੇ ਕਿੱਦਾਂ ਦੀ ਪੈਕਿੰਗ ਕੀਤੀ ਹੈ, ਕੀ ਕੀ ਦੇ ਵਿੱਚ ਪਾਇਆ ਉਹ ਮੈਂ ਤੁਹਾਨੂੰ ਹੁਣੇ ਦਿਖਾ ਦਾਂ। ਤੁਸੀਂ ਦੇਖ ਸਕਦੇ ਇਹ ਆਪਣਾ ਐਚਰ 485 ਤੇ ਵੇਟ ਬੂਟ ਪੂਰਾ ਸੈੱਟ ਹੈ। ਇੱਕ ਵਾਰ ਫਿਰ ਵੀ ਚੈੱਕ ਕਰ ਲੈਂਦੇ ਆਪਾਂ ਜਾਣ ਤੋਂ ਪਹਿਲਾਂ। ਅਤੇ ਆਹ ਤਾਂ ਆਪਣੀ ਜਿਹੜੀ ਆਪਾਂ ਉੱਦਣ ਸੈਲਫੀ ਸਟਿੱਕ ਲਿਆਏ ਤੇ ਅਤੇ ਕੰਟਰੋਲਰ ਆਹ, ਬਾਕੀ ਆ ਸੈੱਲ ਵੈਸੇ ਲੈ ਚੱਲਿਆ ਮੈਂ, ਵੇਟ ਥੋੜ੍ਹਾ ਬਹੁਤਾ ਜਿਹਾ ਜੇ ਲੋੜ ਪਈ ਉੱਥੇ। ਬਾਕੀ ਫਾਈਵ ਕਿਊਕ ਸਾਰਾ ਲੈ ਲਿਆ ਆਪਾਂ ਨੇ। ਚਲੋ ਕਰੋ ਬੰਦ, ਲਿਆ ਲਿਫਾਫਾ ਅਤੇ ਆਪਾਂ ਹੁਣ ਚੱਲਦੇ ਹਾਂ ਜੀ, ਕਰਦੇ ਹਾਂ ਆਪਣਾ ਸਫ਼ਰ ਸ਼ੁਰੂ। ਅਤੇ ਆਪਣੇ ਵੀਰ ਜੀ ਨੂੰ ਵੀ ਲੈਣਾ ਹੈ ਨਾਨਕਿਆਂ ਤੋਂ, ਤਾਂ ਚੱਲਦੇ ਹਾਂ ਜੀ, ਜਾਈਏ ਫਿਰ ਪ੍ਰਭ ਕਿਰਪਾ। ਅਤੇ ਮੂੰਹ ਦੇਖ ਸਕਦੇ ਹਾਂ ਜੀ, ਜੇ ਕਿਸੇ ਨੇ ਲੈਣੀ ਹੋਵੇ ਸੰਪਰਕ ਕਰਿਓ ਜੀ। ਲੈਬਰਾ ਕੂਤਰੀ ਇਹ ਚਾਹੀਦੀ ਹੈ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ, ਅਤੇ ਵਧੀਆ ਰੇਟ ਦੇ ਵਿੱਚ ਆਪਾਂ ਤੁਹਾਨੂੰ ਦਵਾ ਦੇਵਾਂਗੇ ਇਹ। ਅਤੇ ਹੈੱਡ ਦੇਖ ਸਕਦੇ ਹਾਂ ਤੁਸੀਂ, ਬਹੁਤ ਘੈਂਟ ਆ, ਪਿਓਰ ਹੈ ਨਸਲ ਹੈ ਹੈ ਨਾ ਵੀਰ। ਅਤੇ ਰੇਟ ਆਪਾਂ ਤੁਹਾਨੂੰ ਲਾ ਦੂੰਗੇ ਬਾਅਦ, ਤੁਸੀਂ ਜੇ ਕਿਸੇ ਨੇ ਵੀ ਲੈਣੀ ਹੈ ਨਾ ਦੱਸ ਦਿਓ, ਫੁੱਲ ਪਿਓਰ ਹੈ। ਦੇਖ ਸਕਦੇ ਮੇਰਾ ਪਿਛਲੇ ਟੋਜਨ ਵਿੱਚ ਵੀ ਮਿਲੇ ਤੇ ਹੋਰ ਵੀ ਠੀਕ ਹੈ ਜੀ। ਅਤੇ ਇੱਧਰ ਦੇਖ ਸਕਦੇ ਤੁਸੀਂ, ਟੋਜਨ ਮੁਕਾਬਲਾ ਸ਼ੁਰੂ ਹੋ ਚੁੱਕਿਆ ਅਤੇ ਪਹਿਲੇ ਟਰੈਕਟਰਾਂ ਦੀ ਹਲੇ ਟੋਜਨ ਹੋ ਰਿਹਾ। ਆ ਨਵੀਆਂ ਟਰੈਕਟਰ ਜੀ 135। ਅਤੇ ਇੱਧਰ ਕਿਹੜਾ ਵੀਰੇ? ਡਿਊਟ। ਅਤੇ ਉੱਧਰ ਦਿਖਾ ਕੇ ਆਉਣਾ ਜੀ, ਧੁੱਪਾਂ ਵਿੱਚ ਰੱਖਦੇ ਹੁੰਦੇ ਟਰੈਕਟਰ ਪਹਿਲਾਂ। ਆਹ ਦੇਖ ਸਕਦੇ ਤੁਸੀਂ ਇਹ ਟਰੈਕਟਰ ਖੜ੍ਹੇ ਹੈ ਸਾਰੇ, ਇਹ ਟੋਚਣ ਵਾਸਤੇ ਰੱਖੇ ਹੋਏ ਉਹਨਾਂ ਨੇ ਟਾਇਰ ਹੈ ਜਿਹੜੇ, ਇਹ ਪੋਲੇ ਹੋਊਂਗੇ ਜਦ ਮਤਲਬ ਧੁੱਪਾਂ ਨਾਲ ਪੋਲੇ ਜਿਹੇ ਹੋਣੇ, ਫਿਰ ਵਧੀਆ ਗ੍ਰਿਪ ਬਣਦਾ ਇਹ। ਅਤੇ ਇੱਧਰ ਵੀ ਤੁਸੀਂ ਦੇਖ ਸਕਦੇ ਵਧੀਆ ਵਧੀਆ ਐਨ ਤਿਆਰ ਕੀਤੇ ਹੋਏ ਸਾਰੇ ਟਰੈਕਟਰ। ਅਤੇ ਆਹ ਆਪਣੇ ਵਾਲੇ ਪਏ ਆ ਜੀ, ਅਤੇ ਜਿਹੜੇ ਆਪਣੇ ਟਰੈਕਟਰ ਇਹਨਾਂ ਮਾੜੇ ਜਿਹੇ ਦੇਸੀ ਜਿਹੇ ਟਾਈਪ ਹੈ। ਇਹ ਦੇਖੋ ਤੁਸੀਂ ਦੇਖ ਸਕਦੇ ਵੀ ਸੋਹਣੀਆਂ ਐਨ ਸ਼ੋਆਂ ਬਣਾਈਆਂ ਹੋਈਆਂ ਪੂਰੀਆਂ, ਮੋਡਲ ਦੇ ਵਿੱਚ ਮੋਟਰਾਂ ਲਾਈਆਂ ਹੋਈਆਂ ਹੈ। ਹੁਣ ਦਿਖਾ ਦਿੰਦਾ ਮੈਂ, ਦੇਖੋ ਮੋਟਰ ਐਨ, ਇਹਦਾ ਜਮੀ ਬਕਸਾ ਬੰਦ ਕਰਿਆ ਹੋਇਆ। ਅਤੇ ਆਹ ਤੁਸੀਂ ਦੇਖ ਸਕਦੇ ਹੋ ਜੀ, ਸਾਰੇ ਇੱਕ ਤੋਂ ਇੱਕ ਵਧੀਆ ਤਿਆਰ ਕੀਤੇ ਹੋਏ ਸਾਰਿਆਂ ਨੇ। ਅਤੇ ਬਾਕੀ ਅੱਜ ਜਿਹੜਾ ਜਿੱਤੂਗਾ ਪਹਿਲਾ ਨਾਮ ਹੈਗਾ ਜੀ 1500 ਰੁਪਏ, ਅਤੇ ਦੂਸਰਾ 800, ਤੀਜਾ 500। ਅਤੇ ਸ਼ਾਮਗੜ੍ਹ ਪਿੰਡ ਦੇ ਵਿੱਚ ਆਏ ਹੋਏ ਅੱਜ ਆਪਾਂ ਉਰੇ ਟੋਜਨ ਮੁਕਾਬਲਾ ਸਮਰਾਲਾ। ਇਹਨਾਂ ਦਾ ਪਹਿਲਾਂ ਪਿਆ ਦਾ ਟੋਚਾ, ਸਭ ਤੋਂ ਪਹਿਲਾਂ ਇਹ ਟਰੈਕਟਰ ਜਿੱਤ ਚੁੱਕਾ ਜੀ। ਉਹ ਬਾਈ ਗੁੱਲੇ ਲਿਆਓ 1004। ਇੱਕ ਦੋ ਤਿੰਨ ਕੱਟ ਕਰ, ਸੈਕਿੰਡ ਰਾਉਂਡ ਹੋ ਗਿਆ ਬਾਈ। ਦੋ ਤਿੰਨ ਮਾਰੇ, ਮਾਰਦੇ 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 ਜਾਣ ਦੇ, ਹੌਲੀ ਗੱਲ ਦਾ ਬਾਲੀ ਗੱਲ ਦਾ ਰੇਸ ਮਾਰੀ ਆ, ਹੌਲੀ ਗੱਲ ਦਾ। ਹਾਂ ਠੀਕ ਆ, ਦੇ ਬਟਾ ਹੌਲੀ ਹੌਲੀ ਹੌਲੀ, ਉਹ ਕਿਉਂ ਇੰਨੀ ਦੇਰ ਦਿਨਾ, ਹੌਲੀ 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 ਹੌਲੀ। ਦੋਹੇ ਰਾਉਂਡ ਜਿੱਤ ਲਏ ਅਤੇ ਤਿੰਨ ਰਾਉਂਡ ਹੁੰਦੇ ਆ, ਜੇ ਇੱਕ ਦੂਆ ਜਿੱਤ ਲਵੇ ਫਿਰ ਇੱਕ ਦੂਸਰਾ ਜਿੱਤ ਲਵੇ ਫਿਰ ਕੀ ਆ। ਦੱਸ ਬਾਈ ਨਵੀਂ ਕਿਹੜਾ ਹੋਣਾ ਤੇਰੇ ਨਾਲ ਬਾਬੇ, ਲੈ ਲਿਆਈਏ ਲਿਆ ਫਿਰ ਮੇਰੇ ਵਾਲੇ ਆ ਜਾ, ਕੋਈ ਚੱਕਰ ਨਹੀਂ। ਇੱਕ ਦੋ ਤਿੰਨ ਖੜ ਜਾ ਖੜ ਜਾ ਖੜ ਜਾ, ਨਰਵਸ ਹੋ ਗਏ? ਨਰਵਸ ਨਹੀਂ ਹੋਇਆ, ਉਹ ਸੱਚ ਦੋ ਹੀ ਆ ਰਹੀ, ਮੇਰਾ ਨਹੀਂ ਹੈਗਾ ਇਹ। ਦੋ ਤਿੰਨ ਤਿੰਨ
एक दो तीन जित गया अपना ट्रैक्टर। बाकी अगे देखो क्या बनता। स्वराज 973 हिट का 855 एफपी का। दो तीन बाई जी टायर खुल गया। कहते हम दूसरे ट्रैक्टर का टोचन आ गई बारी। ले चलते हैं जी अच्छा अपना। धुप्पा के टायर हो गए लोट इन्हों के। हम एक दो तीन बाली जोर मार देने क्या मुंडे ट्रैक्टर का। एक दो तीन कट कर ला है भाई जी। बाल है गया दोरी गुल्ला पाया खिंच के बाहर काट दूंगा अंदर आ कंडा पास करनी है। एक दो तीन मैं चलो मानदा ड्राइवरी तीन रेस कने मारदा यार। स्कोट आ गया कहंदे पूरी है 335। एक दो तीन बोल वीर। एक दो तीन एक दो तीन दो तीन माड़ा मुकाबला सारा कुछ। एक दो तीन लो जी आज जित गया अर्जुन। रिफ्रेशमेंट आ गई। दो तीन